ਊਠ ਦੀ ਨੀਚ ਨੂੰ ਨਹੀਂ ਲਿਖਦਾ ਬਸ ਬਜ਼ਾਤਾਂ ਦੇ ਫਰਕ ਮਿਟਾ ਦਿੰਦਾ ਆ ਜਾਵੇ ਜੇ ਆਪਣੀ ਮੌਜ ਅੰਦਰ ਜ਼ੋਰ ਤਾਰਾਂ ਦੇ ਮੂੰਹੇ ਪਵਾ ਦਿੰਦਾ ਨਾ ਇਹ ਪੀਰ ਵੇਖੇ ਨਾ ਮੁਰੀਦ ਵੇਖੇ ਘੁੰਗਰੂ ਸ਼ਹੀਦਾਂ ਦੇ ਪੈਰਾਂ 'ਚ ਪਵਾ ਦਿੰਦਾ ਮਹਬੂਬ ਮਿਲਦੇ ਨਹੀਂ ਹਨੇਟੀਆਂ 'ਤੇ ਇਸ਼ਕ ਫਿਰ ਵੀ ਬੋਲੀਆਂ ਲਾ ਦਿੰਦਾ ਅੱਲਾ ਇਸ਼ਕ ਨੂੰ ਇਹ ਤੋਫੀਕ ਬਖਸ਼ੀ ਮੇਰੇ ਉੱਤੇ ਕੁਰਾਨ ਸੁਣਾ ਦਿੰਦਾ ਰਾਹ ਇਸ਼ਕ ਨੇ ਟੁਰਨਾ ਬਹੁਤ ਹੀ ਔਖਾ ਜੇ ਕੋਈ ਟੁਰੇ ਤਾਂ ਯਾਰ ਮਿਲਾ ਦਿੰਦਾ ਲੈ ਕੇ ਤਖ਼ਤ ਤਾਜਾਂ ਵਾਲਿਆਂ ਨੂੰ ਖਾਕ ਰੋਬਾਂ ਦੇ ਨਾਲ ਮਿਲਾ ਦਿੰਦਾ ਦਾਨਿਸ਼ਵਰਾਂ ਤੋਂ ਹੱਲ ਨਾ ਹੋਣ ਜਿਹੜੇ ਐਸੇ ਨੁਕਤੇ ਵੀ ਇਸ਼ਕ ਸਮਝਾ ਦਿੰਦਾ ਉਹ ਲੋਕ ਪੀਰਾਂ ਦੇ ਹੱਥ ਨਾ ਚੁੰਮਣ ਦਿੰਦੇ ਇਸ਼ਕ ਕੁੱਤਿਆਂ ਦੇ ਪੈਰ ਚੁੰਮਾ ਦਿੰਦਾ ਕਿਉਂਕਿ ਹੁਕਮ ਅਦਲ ਦਾ ਰੱਖਣੀ ਹੈ ਨਜ਼ਰ ਨਹੀਂ ਹੀ ਇਸ਼ਕ ਆਖਦਾ ਵੇਖਣਾ ਚਾਹੀਦਾ ਏ ਅਕਲ ਰੋਕਦੀ ਏ ਪਰ ਇਸ਼ਕ ਆਖਦਾ ਏ ਮੱਥਾ ਯਾਰ ਨੂੰ ਟੇਕਣਾ ਚਾਹੀਦਾ ਏ ਕਿਉਂਕਿ ਪਾਣੀ ਅੰਦਰ ਮਧਾਣੀ ਦੇ ਕੀ ਫਾਇਦਾ ਇਹਨੂੰ ਐਵੇਂ ਰਿੜਕਣਾ ਚਾਹੀਦਾ ਨਹੀਂ ਸੱਚਿਆਂ ਨਾਲ ਲਾਈਏ ਪ੍ਰੀਤ ਸੱਚੀ ਰਹੀਏ ਸਾਬਿਤ ਫਿਰ ਥੁੜਕਣਾ ਚਾਹੀਦਾ ਨਹੀਂ ਭਾਵੇਂ ਯਾਰ ਦੀ ਗਲੀ ਦਾ ਕੁੱਤਾ ਹੋਵੇ ਨਾਸਿਰ ਪਰ ਉਹਨੂੰ ਵੀ ਝਿੜਕਣਾ ਚਾਹੀਦਾ ਨਹੀਂ ਅਤੇ ਜਦ ਮੇਰੇ ਸ਼ਊਰ ਦੇ ਪਰਿੰਦੇ ਨੇ ਪ੍ਰਵਾਦ ਕੀਤੀ ਮੈਂ ਮੀਆਂ ਵਾਲੀ ਦੀ ਜੇਲ੍ਹ 'ਚ ਜਾ ਕੇ ਪੁੱਛਿਆ ਗਾਜ਼ੀ ਇੰਨਾ ਇਸ਼ਕ ਇਹ ਇਸ਼ਕ ਦੀ ਇੰਤਿਹਾ ਤੈਨੂੰ ਕਿੱਥੋਂ ਮਿਲੀਏ ਅਤੇ ਗਾਜ਼ੀ ਹੋਰ ਕਹਿਣ ਲੱਗੇ ਕਿ ਜਬ ਤੱਕ ਵਿਕੇ ਨਾ ਥੇ ਕੋਈ ਪੁੱਛਤਾ ਨਾ ਥਾ ਅਕਾ ਆਪਨੇ ਖਰੀਦ ਕਰ ਅਨਮੋਲ ਕਰ ਦਿਆ ਔਰ ਹਮੇ ਆਸ਼ਕੀ ਸੇ ਪਹਿਲੇ ਹਮੇ ਕੌਣ ਜਾਣਤਾ ਥਾ ਤੇਰੇ ਇਸ਼ਕ ਨੇ ਬਣਾ ਦੀ ਮੇਰੀ ਜ਼ਿੰਦਗੀ ਪਸੰਦ।